आज दिन ही पंजाब विच लुटखो दियां वारदातां वधदियां जा रहियां ने। बदमाशां दे विच पुलिस दा कोई डर नजर नहीं आ रहा, जिस करके बदमाश शरेआम लोकां दे नाल अजिहियां वारदातां नूं अंजाम दे रहे ने। एक होर लुट दा नवां मामला लुधियाना शहर तों सामने आया। थाणा मॉडल टाउन दे इलाके ब्लॉक ए मॉडल टाउन एक्सटेंशन विच जदों एक कारोबारी अपने घर दे बाहर कार पार्क कर रहा सी ਤਾਂ ਉਸ ਸਮੇਂ ਤਿੰਨ ਸ਼ਖਸ ਆਏ ਅਤੇ ਉਸ ਕੋਲੋਂ ਪਤਾ ਪੁੱਛਣ ਲੱਗੇ। ਪਤਾ ਪੁੱਛਣ ਦੇ ਬਹਾਨੇ ਇਹਨਾਂ ਤਿੰਨ ਬਦਮਾਸ਼ਾਂ ਨੇ ਕਾਰੋਬਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਹੱਥ ਵਿੱਚ ਫੜੇ ਦੋ ਬੈਗ ਲੁੱਟ ਕੇ ਲੈ ਗਏ। ਇੱਕ ਬੈਗ ਵਿੱਚ ਲੈਪਟਾਪ ਅਤੇ ਦੂਜੇ ਵਿੱਚ 1,15,000 ਦੀ ਨਕਦੀ। ਪਤਾ ਲੱਗਦੇ ਹੀ ਮੌਕੇ 'ਤੇ ਪੁੱਜੀ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ। ਜਾਣਕਾਰੀ ਦਿੰਦੇ ਹੋਏ ਰੋਹਿਤ ਜਿੰਦਲ ਨੇ ਦੱਸਿਆ ਕਿ ਉਸਦਾ ਸ਼ੇਰਪੁਰ ਇਲਾਕੇ ਵਿੱਚ ਇਲੈਕਟ੍ਰੋਨਿਕਸ ਦਾ ਕਾਰੋਬਾਰ ਹੈ। ਰੋਜ਼ਾਨਾ ਵਾਂਗ ਸ਼ੁੱਕਰਵਾਰ ਰਾਤ ਲਗਭਗ 8:25 ਤੇ ਉਹ ਆਪਣੀ ਕਾਰ ਵਿੱਚ ਘਰ ਦੇ ਬਾਹਰ ਪੁੱਜਾ। ਜਿਵੇਂ ਹੀ ਕਾਰ ਵਿੱਚੋਂ ਉਤਰਿਆ ਤਾਂ ਦੋ ਬਦਮਾਸ਼ ਉਸਦੇ ਕੋਲ ਆਏ। ਇਹਨਾਂ 'ਚੋਂ ਇੱਕ ਪਗੜੀ ਧਾਰੀ ਅਤੇ ਦੂਜਾ ਕਲੀਨ ਸ਼ੇਵ ਸੀ, ਜਦਕਿ ਤੀਜਾ ਸਾਥੀ ਬਾਈਕ 'ਤੇ ਬੈਠਾ ਹੋਇਆ ਸੀ, ਜਿਨ੍ਹਾਂ ਨੇ ਪਤਾ ਪੁੱਛਣ ਦੇ ਬਹਾਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸਾਰੀ ਹਰਕਤ ਕੋਲ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਮੌਕੇ 'ਤੇ ਪੁੱਜੀ ਪੁਲਿਸ ਫੁਟੇਜ ਦੇ ਸਹਾਰੇ ਮੁਲਜ਼ਮਾਂ ਦੀ ਭਾਲ ਵਿੱਚ ਜੁੱਟ ਗਈ। ਰੋਬੀ ਨੇ ਜਦੋਂ ਬਦਮਾਸ਼ਾਂ ਦਾ ਮੁਕਾਬਲਾ ਕਰਨਾ ਚਾਹਿਆ ਤਾਂ ਉਹਨਾਂ ਨੇ ਸਿਰ ਵਿੱਚ ਪੰਚ ਮਾਰ ਦਿੱਤਾ ਅਤੇ ਰੋਬਿਨ ਦੀ ਪਿੱਠ ਅਤੇ ਲੱਤ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤੇ, ਜਿਸ ਤੋਂ ਬਾਅਦ ਉਹ ਲਹੂ ਲੁਹਾਣ ਹੋ ਕੇ ਥੱਲੇ ਡਿੱਗ ਗਿਆ। ਲੁਟੇਰੇ ਹੱਥ ਵਿੱਚ ਦੋਵੇਂ ਬੈਗ ਖੋਹ ਕੇ ਲੈ ਗਏ। ਉਸਦੇ ਸਿਰ 'ਤੇ 3 ਟਾਂਕੇ ਲੱਗੇ।